ਸਾਢੇ 9 ਵਜੇ ਤੁਸੀਂ ਮਿਨਾਰੇ ਪਾਕਿਸਤਾਨ ਟਾਪ ਤੇ ਹੋਵੋ। ਮੈਂ ਤੁਹਾਡੇ ਪਿਓ ਦਾ ਨੌਕਰ ਹਾਂ, ਕੱਲ ਡੇਢ ਮੈਂ ਤੁਹਾਡੀ ਭੈਣ ਨਾਲ ਹੋਵਾਂਗਾ ਉੱਥੇ ਆ ਜਾਣਾ। ਉਹ ਚਲੋ ਭੈਣਾਂ ਦੇ ਘਰ, ਉੱਥੇ ਬੱਚੇ ਠਾ ਨਿਕਲਦੇ। ਉਹ ਚਲੋ ਭੈਣਾਂ ਦੇ ਘਰ ਭਰਾ ਆਉਂਦੇ ਹੀ ਨੇ, ਭਰਾ ਕੁੱਤਾ ਹੀ ਹੁੰਦਾ। ਕੱਲ 9 ਵਜੇ ਨਾ 9 ਵਜੇ 20 ਮਿੰਟ ਤੇ ਆਹ ਮਾਲ ਦੀ ਨਹਿਰ ਦੀ ਉਹਦੇ ਕਿਨਾਰੇ ਤੇ ਖਲੋਣਾ। ਕਿਉਂ ਧੱਕਾ ਦੇਣਾ ਤੈਨੂੰ ਮੈਂ? ਚਲੋ ਕਮ ਅਜ ਕਮ ਲੋਟੇ ਦੀ ਕੋਈ ਟੂਟੀ ਸੁੰਡ ਦੇ ਹੁੰਦੀ ਹੈ। ਆ ਪਿੱਛੇ ਬੰਦਾ ਸਿਗਰਟ ਫਸਾ ਕੇ ਤਾਂ ਮੈਨੂੰ ਆਂਦਾ ਮੁਝੇ ਜੁਗ ਨਹੀਂ ਕਹੋ। ਪਿਛਲੀ ਕੰਚ ਵੱਜਾ ਜਾ ਕੇ ਤੇ ਆਪ ਬਾਪਡਾ ਦੇ ਦਫ਼ਤਰ ਗਿਆ ਤੇ ਰੌਲਾ ਪਾਤਾ ਬੱਤੀ ਦੇ ਉਹ ਬੱਤੀ ਉਹਨਾਂ ਨੇ ਫਿਰ ਬਣਾ ਕੇ ਦਿੱਤੀ। ਸਾਰੀ ਦੁਨੀਆ ਤੇਰੇ ਘਰ ਜਾਂਦੀ, ਤੂੰ ਨਹੀਂ ਜਾਂਦਾ। ਮੈਨੂੰ ਯਾਦ ਨਹੀਂ ਆ ਰਿਹਾ, ਘਰੋਂ ਪੁੱਛਿਆ ਮੈਨੂੰ। ਉਹ ਯਾਰ ਉਹ ਨਹੀਂ ਉਹ ਯਾਰ ਤੁਹਾਨੂੰ ਸਮੇਂ ਨਹੀਂ ਲੱਗ ਰਹੀ, ਉਹਦੀ ਬੀਵੀ ਦੌੜ ਗਈ ਹੈ ਉਹਦੀਆਂ ਚੁਗਲੀਆਂ ਖਿੱਚਣ ਡਿਆ। ਆ ਯਾਰ ਨਹੀਂ ਯਾਰ ਉਹ ਨਹੀਂ ਯਾਰ ਕੀ ਉਸ ਨੂੰ ਆਉਂਦੇ ਨੇ ਯਾਰ, ਇਹ ਸਟੈਪ ਕੋਈ ਹੋਰ ਹੀ ਦੱਸ ਰਿਹਾ, ਸਾਨੂੰ ਸਮੇਂ ਨਹੀਂ ਲੱਗ ਰਹੀ ਯਾਰ ਉਹ ਯਾਰ। ਅੱਛਾ ਤੇ ਦੱਸ ਇਹਨਾਂ ਨੂੰ ਬੇਵਕੂਫਾ ਮੈਂ ਮੈਂ ਆ ਰਿਹਾ ਸਾਂ ਬੱਗੀ ਦੇ ਉੱਤੇ। ਅੱਛਾ ਸਾਰਿਆਂ ਖੋਤੀ ਦੀ ਤੂੰ ਸਵਾਰੀ ਆ, ਤੈਨੂੰ ਬੱਗੀ ਦੇ ਕਿਨੇ ਪਾਇਆ? ਉਸ ਦੇ ਵਿੱਚ 9 ਘੋੜੇ ਸਨ। ਤੇ ਤੇਰਾ ਸੱਟਾ ਕਿਵੇਂ ਲੱਗੀਆਂ ਨੇ? ਉਹ 4 ਘੋੜੇ ਇਸ ਪਾਸੇ ਸਨ। ਅੱਛਾ 4 ਘੋੜੇ ਇਸ ਪਾਸੇ ਸਨ। ਅੱਛਾ ਉਹ ਸੈਂਟਰ ਦੇ ਵਿੱਚ ਸੀ ਘੋੜੀ। ਅੱਛਾ ਉਹ ਜਿਹੜਾ ਇਧਰਲਾ ਘੋੜਾ ਸੀ ਨਾ ਉਸ ਉਸ ਘੋੜੀ ਦੇ ਕੰਨ 'ਚ ਕੀਤੀ ਖਬਰ ਹੈ ਕੋਈ ਗੰਦੀ ਗੱਲ। ਅੱਛਾ ਅੱਛਾ ਕੇਸ ਲੰਬਾ। ਉਹ ਖੱਬੇ ਪਾਸੇ ਸੀ ਉਸ ਘੋੜੀ ਦਾ ਭਰਾ।
ਕਰੇ, ਮੈਂ ਉਰੇ ਹੀ ਖਲੋਤਾ ਸਾਂ। ਉਹ ਧੋਤੀ ਉਸ ਬੰਨ ਨਹੀਂ ਆਈ ਸੀ। ਉਹ ਮੇਰੇ ਖਿਆਲ ਬਹਿਣ ਦੀ ਗੱਲ ਦਾ ਕਰ ਗਿਆ ਗੁੱਸਾ, ਉਸ ਜਿਹਨਾਂ ਦਾ ਲੱਤ ਮਾਰੀ ਨਾਲ ਵਾਲੇ ਘੋੜੇ ਦੇ। ਅੱਛਾ, ਉਹ ਜਿਹੜਾ ਇਧਰਲਾ ਘੋੜਾ ਸੀ ਨਾ। ਅੱਛਾ, ਉਹ ਜਿਹੜਾ ਉਸ ਤੋਂ ਪਿਛਲਾ ਘੋੜਾ ਸੀ ਜੀ ਜੀ, ਉਹ ਇਧਰਲੇ ਘੋੜੇ ਦਾ ਸਾਲਾ ਸੀ। ਕਰੀ ਕਦਰੇ ਕੋਈ ਨੰਗੀ ਤਾਰ ਤੇ ਨਹੀਂ, ਨਾਲ ਮੈਂ ਵੀ ਚਮੜਿਆ ਵਾਂ ਤੇ ਨਾਲ ਮੇਰੀ ਕ੍ਰਿਕਟ ਦਮ ਦੀ। ਇਹਦਾ ਮਤਲਬ ਤੂੰ ਵੀ ਮਰਾਸੀ ਏ? ਨਹੀਂ, ਹਲਕਾ ਹਲਕਾ ਆਇਆ ਆ, ਹੁੰਦਾ ਵੀ ਮੈਂ ਇਨਸ਼ਾਅੱਲਾ ਅਗਲੇ ਮਹੀਨੇ ਆਪਰੇਸ਼ਨ ਕਰਾ ਲਾਂਗਾ। ਮੈਂ ਤੇ ਸੋਚਿਆ ਮੈਂ ਕਿਹਾ ਜੈਕੀ ਬਣ ਜਾਂਦੇ ਆ। ਅੱਛਾ, ਜੈਕੀ ਕਿਸ ਤਰ੍ਹਾਂ ਬਣੇ? ਉਹਦੇ ਵਾਸਤੇ ਘੋੜੇ ਦੀ ਲੋੜ ਸੀ। ਅੱਛਾ, ਮੈਂ ਫਿਰ ਗਿਆ, ਤੂੰ ਮੇਰਾ ਜ਼ਿਹਨ ਵੇਖ। ਅੱਛਾ, ਮੈਂ ਗਿਆ ਮਰੀ, ਉੱਥੇ 20 ਰੁਪਏ ਘੰਟਾ ਨਹੀਂ ਦਿੰਦੇ ਘੋੜਾ ਕਿਰਾਏ ਤੇ? ਉਹਨਾਂ ਕੋਲ ਮੈਂ 20 ਰੁਪਏ ਘੰਟਾ ਕਿਰਾਇਆ ਲੈ ਕੇ ਨਾ ਘੋੜਾ ਲਾਹੌਰ ਲਾਇਆ, ਉਹ ਮੇਰੇ ਮਗਰ ਪੁਲਿਸ ਲਾਇਆ, ਉਹ ਫਿਰ ਲਿੱਤਰ ਪਰੇਟ ਹੋਈ ਆ, ਕਦੀ ਘੋੜਾ ਅੱਗੇ ਤੇ ਕਦੀ ਮਾਇਆ ਅੱਗੇ। ਇਹ ਬੜਾ ਚਾਹੀਦਾ ਕੰਮ ਕੀਤਾ। ਗੱਲ ਸੁਣ, ਮੈਂ ਕਹਿੰਦੀ ਕਿਸੇ ਸ਼ਾਇਰ ਬੰਦੇ ਨਾਲ ਸ਼ਾਦੀ, ਮੈਨੂੰ ਅੱਛਾ ਜਿਹਾ ਕੋਈ ਸ਼ੇਰ ਸੁਣਾ, ਅਗਰ ਤੂੰ ਪਸੰਦ ਆ ਗਏ ਤੇ ਫਿਰ ਤੇਰੇ ਨਾਲ ਕਰ ਲਾਂਗੀ ਵਿਆਹ। ਸ਼ੇਰ ਵਾਲੀ ਤੇ ਕੋਈ ਐਸੀ ਗੱਲ ਨਹੀਂ, ਮੈਂ ਜਦੋਂ ਛੋਟਾ ਹੁੰਦਾ ਸਾਂ ਨਾ, ਬਚਪਨ ਤੋਂ ਮੈਂ ਸ਼ੇਰ ਲਿਖਣੇ ਸ਼ੁਰੂ ਕੀਤੇ ਨੇ। ਅੱਛਾ, ਮੇਰਾ ਸ਼ੇਰ ਆਲਮੀ ਲੈਵਲ ਤੇ ਮਸ਼ਹੂਰ ਹੋਇਆ, ਬੈਨ ਅਲਕਵਾਮੀ ਆਲਮੀ ਲੈਵਲ ਤੇ। ਹਾਂ, ਸੁਣਾ ਨਾ। ਅੱਗੇ ਅੱਗੇ ਕੁੱਤਾ ਤੇ ਪਿੱਛੇ ਪਿੱਛੇ ਬਿੱਲੀ ਸਜਣਾ, ਤੇ ਕੰਡ ਛਿੱਲੀ ਗਈ। ਬੜੀ ਵੱਡੀ ਗੁੱਲੂਕਾਰਾਂ ਨੇ ਗਾਇਆ ਸੀ, ਗੁੱਲੂਕਾਰਾਂ ਨੇ। ਮੈਂ ਲਿਖਿਆ ਆਪਣੇ ਵੱਲੋਂ ਜੋ ਮਰਜ਼ੀ ਲਿਖੋ, ਆਜ਼ਾਦ ਸ਼ਾਇਰੀ। ਕੋਈ ਅੱਛਾ ਸ਼ੇਰ ਸੁਣਾ, ਸਮਝ ਆਈ ਨਾ? ਤੁਸੀਂ ਕੋਈ ਸੁਣਾ ਵਧੀਆ ਸ਼ੇਰ, ਜੇ ਤੁਹਾਡੇ ਵਾਲੇ ਕੋਈ ਆਉਂਦਾ ਜਾਂਦਾ ਤੇ ਆਪਣਾ ਤਾਰਫ ਤੇ ਕਰਾ। ਤਾਰਫ ਅੱਲਾ ਦੀ ਜ਼ਾਤ ਕਰਾਉਂਦੀ ਹੈ, ਤੂੰ ਡਿੱਗ ਪੈਂਦਾ ਹੈ। ਇਹਨੂੰ ਅੱਧੇ ਘੰਟੇ ਬਾਅਦ ਉਹਨਾਂ ਛਿੱਤਰ ਮਾਰ ਕੇ ਲਾਤਾ। ਮੈਂ ਕਿਹਾ ਕੀ ਹੋਇਆ? ਕਹਿੰਦੇ ਭਾਅ ਜੀ ਅਜੇ ਜਹਾਜ਼ ਉੱਡਿਆ, ਉੱਠ ਕੇ ਫੱਕੀ ਵੇਚਣ ਲੱਗ ਗਿਆ। ਬਾਥਰੂਮ ਦੇ ਵਿੱਚ ਵੜਿਆ ਤੇ ਬੰਦਾ ਪਹਿਲਾਂ ਵੀ ਬੈਠਾ ਸੀ, ਉਹਨੂੰ ਕਹਿੰਦਾ ਅੱਗੇ ਹੋ ਜਾ, ਡਬਲ ਸਵਾਰੀ ਖੁੱਲ ਗਈ। ਮੈਂ ਕਿਹਾ ਡਬਲ ਸਵਾਰੀ ਖੁੱਲ ਗਈ, ਅੱਗੇ ਹੋ ਜਾ ਫਿਰ, ਅੱਗੇ ਮੈਂ ਤੈਨੂੰ ਕੀਤਾ ਕਿ ਨਹੀਂ। ਮਾਸ਼ਾਅੱਲਾ, ਤੇ ਅੰਮਾ ਦੀ ਮੰਜੀ ਚਾਹੋ ਕੇ ਸੀ? ਮਾਰ ਦੇਣੀ ਬੱਚੀ, ਕਿਸੇ ਦੇ ਕੰਮ ਨੀ ਆਉਣ ਦੇਣੀ। ਕੀ ਮਤਲਬ ਹੈ ਤੇਰਾ? ਅੱਲਾ ਦੇ ਬੰਦੇ, ਬਾਬਾ ਤੇ ਨਾਨਾ ਬਣੇਗਾ। ਹਾਂਜੀ, ਮੇਰੇ ਬਾਰੇ ਚ ਕੀ ਖਿਆਲ? ਮੈਂ ਵੇਖ ਕਿੱਡਾ ਸੋਹਣਾ ਬੱਚਾ, ਮਰਾਸੀ ਨੇ, ਮੈਂ ਤੇ ਡੋਗਰ ਆ। ਮੇਰੀ ਅੰਮਾ ਗੰਦੀ ਹੈ,
ਤੇਰੀ ਮਾਂ ਗੰਜੀ ਹੈ ਸਮਝੇ? ਅੱਛਾ ਜਿਹੜਾ ਪਿੰਡ ਚ ਕੇਸ ਹੋਇਆ ਤੁਹਾਡੀ ਮਾਂ ਦਾ ਆਈ? ਓਏ ਬੱਚਾ ਬਾਬਾ ਹੈਗਾ ਇਹਦੇ ਚ ਹੋਰ? ਹਾਂ ਓਏ ਕੁੜੀਆਂ ਨਹੀਂ ਵਿਆਹਣਾ ਯਾਰ। ਬਾਬਾ ਜੀ ਕੀ ਚਸਕੇ ਲੈ ਰਹੇ ਆ ਬਾਬੇ ਨਾਲ? ਮੈਨੂੰ ਸੁਣਿਆ ਬੜੇ ਪਹੁੰਚੇ ਹੋ ਤੁਸੀਂ। ਹਾਂਜੀ ਬਾਕੀ ਕਿੱਡੇ ਕਿੱਡੇ ਪਹੁੰਚੇ ਨੇ ਤੁਹਾਡੇ? ਪੁੱਤਰ ਰਾਤ ਨੂੰ 9 ਵਜੇ ਮੈਂ ਤੁਹਾਡੇ ਵੱਲ ਪਹੁੰਚਣਾ ਹੈ। ਖਾਣੇ ਦਾ ਬੰਦੋਬਸਤ ਨਾਲ ਕੀਮਾ ਪਕਾ ਲੈਣਾ। ਠੀਕ ਹੈ ਫਿਰ ਇੱਕ ਸ਼ਰਤ ਤੇ ਖਾਓਗੇ ਇਹਦੇ ਹੱਥੋਂ? ਅੱਲਾ ਰਹਿਮ ਕਰੇ ਮੈਂ ਖਾ ਲਿਆ ਜੀ। ਰੱਜ ਗਿਆ? ਮੈਂ ਕੰਮਾਂ ਰੱਜ ਗਿਆ ਜੀ। 9 ਵਜੇ ਬਾਬਾ ਆਏਗਾ, ਤਵੀਜ਼ਾਂ ਦੇ ਅਸਰ ਵੇਖ ਲੈ ਕੀ ਵੇਖਣਾ ਹੈ। ਔਰ ਫਿਰ ਅਸੀਂ ਦਿੱਤਾ 9 ਬੱਚੇ ਹੋਏ, ਕੁੱਤੀ ਨਾਲ ਵਿਆਹ ਸੀ। 9 ਵਜੇ ਬੱਚਿਆ ਦਰਬਾਰ ਤੇ ਆਪਸ ਕੀ ਲੜਾਈ ਗੁੱਥਮ ਗੁੱਥਾ ਹੋ ਗਏ। ਉਹ ਮੁੜ ਸੈਡ ਦੇ ਉੱਤੇ ਸੀ ਇੱਕ ਖੋਤੀ ਦਾ ਬੱਚਾ। ਓਏ ਸਬਰ ਸੁਬਰ ਕੋਈ ਨੀ, ਸਾਨੂੰ ਗੰਦਿਆ ਕਰਦਾ ਪਿਆ। ਘੋੜੀ ਦਾ ਕੀ ਬਣਿਆ? ਘੋੜੀ ਮੁੱਛਾਂ ਰੱਖ ਕੇ ਖਲੋਤੀ ਆ। ਘੋੜੀ ਹੈ ਕਿਉਂਕਿ 8 ਘੋੜੇ ਵਾਲਾ ਹੀ ਹਾਲ ਹੋਇਆ ਇਹਦੇ ਨਾਲ। ਨਾਲਾ ਘੁੱਟ ਕੇ ਬੰਨ ਬੈਠਾ, ਕੀ ਹੋਇਆ ਦੱਸ ਤੇ ਦੇ। ਓਏ ਰੱਖ ਲਿਆ ਓਏ ਮੇਰਾ ਸਮਾਨ। ਬਗੈਰਾ ਸਮਾਨ ਆਪਣਾ ਸਮਾਨ ਪਕੜ। ਅੱਛਾ ਵੇਖੋ ਜਿਵੇਂ ਗਲੀ ਦੀ ਨੁੱਕਰ ਹੁੰਦੀ ਏ। ਮੈਂ ਲੈਣਾ